ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਏ ਦਿਨ ਅਲੱਗ ਅਲੱਗ ਥਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਜਿਸ ਨੂੰ ਸੁਣਦਿਆਂ ਹੀ ਦੇਖਦਿਆਂ ਹੀ ਸਿੱਖ ਕੌਮ ਦੇ ਹਿਰਦੇ ਫਲੂੰਦਰੇ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਅਜਿਹੀ ਹੀ ਘਟਨਾ ਮੋਗਾ ਤੋਂ ਸਾਹਮਣੇ ਆਈ, ਜਿੱਥੇ ਸ੍ਰੀ ਗੁਰੂ ਕਾ ਸਾਹਿਬ ਨੂੰ ਸਾੜ ਕੇ ਇੱਕ ਲਿਫਾਫੇ ਵਿੱਚ ਬੰਦ ਕਰ ਨਾਲੀ ਵਿੱਚ ਸੁੱਟਿਆ ਗਿਆ ਸੀ, ਅਤੇ ਸਿੱਖ ਸੰਗਤ ਨੂੰ ਉਸ ਵੇਲੇ ਇਸ ਚੀਜ਼ ਦਾ ਪਤਾ ਲੱਗਿਆ ਜਦੋਂ ਇੱਕ ਬੱਚੇ ਨੇ ਨਾਲੀ ਵਿੱਚ ਗੁਟਕਾ ਸਾਹਿਬ ਦੇ ਸੜੇ ਹੋਏ ਪੰਨੇ ਦੇਖੇ ਅਤੇ ਹੋਰ ਲੋਕਾਂ ਨੂੰ ਦੱਸਿਆ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਪਹੁੰਚ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਹੁਣ ਸਿੱਖ ਜਥੇਬੰਦੀਆਂ ਵੱਲੋਂ ਮੋਗਾ ਚੌਂਕ ਦੇ ਉੱਤੇ ਧਰਨਾ ਲਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਸੋਮਵਾਰ ਤੱਕ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਕਿਹਾ ਗਿਆ ਹੈ, ਅਤੇ ਜੇਕਰ ਸੋਮਵਾਰ ਤੱਕ ਪੁਲਿਸ ਦੋਸ਼ੀਆਂ ਨੂੰ ਕਾਬੂ ਨਹੀਂ ਕਰੇਗੀ ਤਾਂ ਇਹ ਧਰਨਾ ਪੱਕੇ ਮੋਰਚੇ ਵਿੱਚ ਬਦਲ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਮੇਰਾ ਸ਼ਿਵਮ ਸਿੰਘ, ਅਤੇ ਆਹ ਬੱਚਾ ਜੀ ਗਲਾਸ ਰੱਖਣ ਲੱਗਾ ਜੀ, ਜਿੱਥੇ ਨਗਰ ਕੀਰਤਨ ਲੰਘ ਰਿਹਾ ਸੀਗਾ, ਇਹ ਬੱਚਾ ਪਾਣੀ ਪੀ ਕੇ ਗਲਾਸ ਰੱਖਣ ਲੱਗਾ ਜੀ। ਅਤੇ ਜੀ ਇਹਦੀ ਕੁਦਰਤੀ ਆਪਣੇ ਗੁਟਕਾ ਸਾਹਿਬ 'ਤੇ ਨਜ਼ਰ ਪਈ ਜੀ, ਇਹਨੇ ਜਾ ਕੇ ਮੈਨੂੰ ਦੱਸਿਆ ਜੀ, ਅਤੇ ਮੈਂ ਜੀ ਵੱਡੇ ਵੀਰ ਜੀ ਨੂੰ ਦੱਸਿਆ, ਅਤੇ ਜੀ ਵੀਰ ਨੇ ਕਿਹਾ ਜੀ ਵੀ ਇਹਨੂੰ ਚੱਕ ਲਿਆ, ਅਤੇ ਮੈਂ ਜੀ ਚੱਕ ਲਿਆ। ਸੀਵਰੇਜ ਉਸ ਗੰਦੀ ਨਾਲੀ ਹੈ ਜਿਹੜੀ, ਜਾਂ ਨਾਲਾ ਕਹਿ ਲਈਏ ਛੋਟਾ ਜਿਹਾ, ਉਹਦੇ ਵਿੱਚ ਜਿਹੜਾ ਗੁਟਕਾ ਸਾਹਿਬ ਸੀਗਾ ਅਗਨ ਭੇਟ ਕਰਕੇ, ਅੱਧਾ ਗੁਟਕਾ ਸਾਹਿਬ ਆ ਜਿਹੜਾ ਉਹ ਅਗਨ ਭੇਟ ਕਰਕੇ ਉਸ ਨਾਲੀ ਦੇ ਵਿੱਚ, ਗੰਦੀ ਦੇ ਵਿੱਚ ਸੁੱਟਿਆ ਗਿਆ ਸੀਗਾ। ਜਿਹੜਾ ਦੁਪਹਿਰ ਤਕਰੀਬਨ 10-11 ਵਜੇ ਸੰਗਤਾਂ ਨੂੰ ਪਤਾ ਲੱਗਾ, ਉਸ ਤੋਂ ਬਾਅਦ ਜਿਹੜੀ ਸੰਗਤ ਆ ਇੱਥੇ ਪਹੁੰਚੀ ਹੈ, ਬੱਚੀ ਦੇਰ ਕੀਤੀ ਗਈ ਆ। ਉਸ ਤੋਂ ਬਾਅਦ ਸਾਰੀ ਸੰਗਤ ਦੇ ਵਿੱਚ ਜਿਹੜਾ ਰੂਸ ਸੀਗਾ ਉਹ ਸੰਗਤ ਉੱਥੇ ਮੋਗੇ ਮੇਨ ਚੌਂਕ ਦੇ ਵਿੱਚ ਜਿਹੜਾ ਧਰਨਾ ਲਾਇਆ ਹੋਇਆ ਸੀ, ਕਿਉਂਕਿ ਉੱਥੇ ਕੈਮਰਾ ਚੱਲ ਰਿਹਾ, ਉੱਥੇ ਜਿਹੜੀ ਬੇਅਦਬੀ ਹੋਈ ਆ ਉੱਥੇ ਕੈਮਰਾ ਚੱਲ ਰਿਹਾ, ਉੱਥੇ ਪਿੱਛੇ ਵੀ ਗਲੀ ਦੇ ਵਿੱਚ ਕਾਫੀ ਕੈਮਰੇ ਚੱਲਦੇ ਆ। ਉਹਨਾਂ ਦਾ ਕਰਕੇ ਜਿਹੜਾ ਪ੍ਰਸ਼ਾਸਨ ਆ ਹੁਣ ਉਹ ਕਹਿ ਰਹੇ ਆ ਵੀ ਅਸੀਂ ਸੋਮਵਾਰ ਪਿੱਛਰ ਆ ਹਰ ਹਾਲ ਦੇ ਵਿੱਚ ਜਿਹੜਾ ਦਾਖਲੇ ਉੱਤੇ ਇਸ ਕੇਸ ਨੂੰ ਟਰੇਸ ਕਰ ਲਵਾਂਗੇ। ਉਹਦਾ ਕਰਕੇ ਸਾਰੀ ਸੰਗਤ ਨੇ ਹੁਣ ਫੈਸਲਾ ਕੀਤਾ ਵੀ 10 ਵਜੇ ਤੱਕ ਸੋਮਵਾਰ ਦੀ ਪਰੇਡ ਕੀਤੀ ਜਾਵੇ, ਜੇ ਨਹੀਂ ਕੋਈ ਇਹ ਗੱਲ ਸਿਰੇ ਲਾਉਂਦਾ ਪ੍ਰਸ਼ਾਸਨ ਅਤੇ ਅਸੀਂ ਜਿਹੜੀ ਧਰਨੀ ਵਰਤਾਂਗੇ, ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਗੁਰਦਾ ਸੇਵਾ ਉਹ ਸਾਰਿਆਂ ਨੇ ਦੇਖਿਆ ਵੀ ਕਿੱਡੀ ਮੰਦੀ ਹਾਲਤ ਦੇ ਵਿੱਚ, ਉਹ ਤਾਂ ਹੁਣ ਚਲੋ ਫੋਟੋ ਦੇਖੀਆਂ, ਉਹ ਤੋਂ ਪਹਿਲਾਂ ਅਸੀਂ ਜਿਹੜਾ ਪਾਣੀ ਦੇ ਨਾਲ ਗੁਰਦਾ ਸਾਹਿਬ ਦੇ ਇਸ਼ਨਾਨ ਕਰਵਾਏ ਆ, ਤਾਂ ਥੋੜ੍ਹਾ ਜਿਹਾ ਤਾਂ ਲੱਗ ਰਿਹਾ ਵੀ ਠੀਕ ਆ, ਨਹੀਂ ਤਾਂ ਉਹ ਗੰਦਾ ਨਾਲਾ ਵੀ ਇੱਕ ਗੰਦੇ ਨਾਲੇ ਦੇ ਵਿੱਚ ਜਿਹੜਾ ਗੁਰਦਾ ਸਾਹਿਬ ਸੀਗਾ। ਅਤੇ ਸੋਮਵਾਰ ਨੂੰ ਅਸੀਂ ਕੋਈ ਨਾ ਕੋਈ ਵੱਡੇ ਰੂਪ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਦੇ ਨਾਲ ਲੈ ਕੇ ਪੰਜਾਬ ਦੀਆਂ ਦੇ ਨਾਲ ਇੱਥੇ ਪੱਕੇ ਰੂਪ ਦੇ ਵਿੱਚ ਕੋਈ ਅਗਲਾ ਐਕਸ਼ਨ ਕਰਾਂਗੇ। ਉਸ ਕਰਕੇ ਸੋਮਵਾਰ 10 ਵਜੇ ਤੱਕ ਦਾ ਜਿਹੜਾ ਸੰਤਾ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੋਗਾ ਸ਼ਹਿਰ ਵਿੱਚ 6 ਤਰੀਕ ਨੂੰ ਸ਼ਾਮ ਦੁਪਹਿਰ ਦੇ 12 ਵਜੇ ਖੂਨੀ ਮਸੀਤ ਵਾਲੀ ਗਲੀ ਹੈ ਇੱਥੇ ਸੋਢੀ ਨਗਰ ਦੇ ਕੋਲੇ, ਉੱਥੇ ਨਾ ਗੁਟਕਾ ਸਾਹਿਬ ਸੁੰਦਰ ਗੁਟਕਾ ਸਾਹਿਬ ਜੀ ਨੂੰ ਕਿਸੇ ਨੇ ਮਤਲਬ ਕਿ ਅਗਨ ਭੇਟ ਕਰਕੇ ਲਿਫਾਫੇ ਦੇ ਵਿੱਚ ਬੰਦ ਕਰਕੇ ਨਾਲੀ ਦੇ ਵਿੱਚ ਸੁੱਟਿਆ ਹੋਇਆ ਸੀ। ਅਤੇ ਤਕਰੀਬਨ 1/2 ਘੰਟੇ ਬਾਅਦ ਅਸੀਂ ਉਸ ਨੂੰ ਗੁਟਕਾ ਸਾਹਿਬ ਨੂੰ ਲਿਆ ਕੇ ਅਸੀਂ ਸਾਫ਼ ਕਰਕੇ ਸੁੰਦਰ ਜਲ ਦੇ ਨਾਲ ਅਸੀਂ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਹੁਣ ਅਸੀਂ ਪਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਕੀਤੇ ਹੋਏ ਨੇ। ਅਤੇ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਪ੍ਰਸ਼ਾਸਨ ਨੇ ਵੀ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਦਿਵਾਇਆ
ਕਿ ਅਸੀਂ ਇਸ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਲਵਾਂਗੇ। ਇਲਾਕੇ ਦੀ ਮੋਗੇ ਸ਼ਹਿਰ ਦੀ ਸਮੂਹ ਸੰਗਤ, ਅਰਸ਼ ਵੀ ਬਾਬਾ ਜੀ ਹੁਣੀ ਰਾਜਾ ਖਖਰਾਣਾ, ਅਸੀਂ ਸਾਰਿਆਂ ਨੇ ਸ਼ਾਂਤਮਈ ਇੱਕ ਪੁਲਿਸ ਦੇ ਨਾਲ ਕੋਪਰੇਟ ਕਰਕੇ ਵੀ ਇਸ ਨੂੰ ਜਿੰਨਾ ਚਿਕਰ ਉਹਦੀ ਜਾਂਚ ਨਹੀਂ ਹੁੰਦੀ ਪਈ ਅਸੀਂ ਉਹਨਾਂ ਚਿਕਰ ਇਸ ਧਰਨੇ ਨੂੰ ਜਾਰੀ ਰੱਖਾਂਗੇ। ਕੋਈ ਵੀ ਪਬਲਿਕ ਨੂੰ ਡਿਸਟਰਬ ਨਹੀਂ ਕੀਤਾ ਜਾਊਗਾ ਉਹਨਾਂ ਚਿਕਰ ਜਿੰਨਾ ਚਿਕਰ ਪੁਲਿਸ ਕਹਿ ਰਹੀ ਹੈ ਸਾਨੂੰ ਵੀ ਅਸੀਂ ਕਾਰਵਾਈ ਕਰ ਰਹੇ ਹਾਂ। ਜੇ ਨਤੀਜੇ ਦਿੱਤੇ ਹੋਏ ਸਮੇਂ ਦੇ ਵਿੱਚ ਜੇ ਉਹ ਨਤੀਜੇ ਪਹੁੰਚ ਜਾਂਦੇ ਆ ਦੋਸ਼ੀਆਂ ਨੂੰ ਲਿਆ ਕੇ ਉਹਨੂੰ ਸਖ਼ਤ ਸਜ਼ਾਵਾਂ ਜੋ ਕਾਨੂੰਨ ਦੇ ਤਹਿਤ ਪਾਉਂਦੀਆਂ ਖਾਲਸੇ ਦੇ ਕਾਨੂੰਨ ਦੇ ਤਹਿਤ ਅਤੇ ਇੰਡੀਅਨ ਗੌਰਮੈਂਟ ਦੇ ਕਾਨੂੰਨ ਦੇ ਤਹਿਤ ਜੋ ਸਜ਼ਾ ਦੇ ਹੱਕਦਾਰ ਉਹਨੂੰ ਜਦੋਂ ਸਜ਼ਾ ਮਿਲ ਜਾਂਦੀ ਆ ਤਾਂ ਅਸੀਂ ਇਸ ਮੋਰਚੇ ਨੂੰ ਚੱਕ ਲਵਾਂਗੇ। ਉਸ ਤੋਂ ਪਹਿਲਾਂ ਸਾਡਾ ਕੋਈ ਵਿਚਾਰ ਨਹੀਂ ਆ ਅਤੇ ਸਾਰੇ ਮੋਗੇ ਸ਼ਹਿਰ ਦੀਆਂ ਹੋਰ ਸੰਗਤਾਂ ਨੂੰ ਬੇਨਤੀ ਆ ਵੀ ਕਿਤੇ ਵੀ ਤੁਹਾਨੂੰ ਕੋਈ ਸ਼ੱਕ ਹੋਵੇ ਕੋਈ ਵੀ ਵੀਰ ਕਿਸੇ ਵੀ ਗੁਰੂ ਘਰ ਚਾਹੇ ਮੰਦਰ ਚਾਹੇ ਮਸੀਤ ਕਿਸੇ ਵੀ ਜਗ੍ਹਾ ਦਾ ਕੋਈ ਬੇਅਦਬੀ ਕਰਨ ਦੀ ਕੋਈ ਸੋਚ ਰਿਹਾ ਹੋਵੇ ਤਾਂ ਇੱਥੋਂ ਮੋਗੇ ਦੇ ਸਾਰੇ ਕਿਸੇ ਵੀ ਸੈਨਿਕ ਨੂੰ ਜਾ ਕੇ ਸੂਚਿਤ ਕੀਤਾ ਜਾਵੇ ਅਸੀਂ ਉਹਨੂੰ ਬੰਦੀ ਕਾਰਵਾਈ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅਲੱਗ ਅਲੱਗ ਥਾਂ ਤੋਂ ਅਜਿਹੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ, ਗੁਟਕਾ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ। ਕਾਰਨ ਇਹਨਾਂ ਬੇਅਦਬੀਆਂ ਦੇ ਕੋਈ ਵੀ ਰਹਿੰਦੇ ਹੋਣ, ਪਰ ਜਦੋਂ ਵੀ ਕਿਤੇ ਬੇਅਦਬੀ ਹੁੰਦੀ ਹੈ ਤਾਂ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਜਾਂਦੇ ਨੇ। ਇਸ ਲਈ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪ ਹਰ ਪਾਸਿਓਂ ਚੌਕਸ ਰਹੀਏ, ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ CCTVs ਲਗਾ ਕੇ ਰੱਖੀਏ, ਵਾਇਰਿੰਗ ਦਾ ਖਾਸ ਕਰਕੇ ਧਿਆਨ ਰੱਖੀਏ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੈ ਕਿ ਉੱਥੇ ਕਿਸੇ ਵੀ ਤਰ੍ਹਾਂ ਨਾਲ ਸ਼ਾਰਟ ਸਰਕਟ ਦੇ ਨਾਲ ਚੰਦੂਆ ਸਾਹਿਬ ਨੂੰ ਜਾਂ ਕਿਸੇ ਹੋਰ ਚੀਜ਼ ਨਾਲ ਅੱਗਜਨੀ ਘਟਨਾ ਵਾਪਰ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਨੁਕਸਾਨ ਨਾ ਪਹੁੰਚੇ। ਇਸੇ ਦੇ ਨਾਲ ਅਗਰ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਬਾਣੀ ਦੀ ਕਿਤੇ ਵੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹ ਵੀ ਸਿੱਖ ਕੌਮ ਨੂੰ ਕਦੇ ਬਰਦਾਸ਼ਤ ਨਹੀਂ ਹੁੰਦੀ। ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਵੀ ਸ਼ਰਾਰਤੀ ਅਨਸਰ ਅਜਿਹੀਆਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਜਾਂ ਉਸਨੇ ਅੰਜਾਮ ਦਿੱਤਾ ਹੈ ਤਾਂ ਉਸ ਦੇ ਬਾਰੇ ਤੁਸੀਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਇਤਲਾਹ ਕਰ ਸਕਦੇ ਹੋ ਜਾਂ ਸਿੱਖ ਜਥੇਬੰਦੀਆਂ ਨੂੰ ਵੀ ਇਤਲਾਹ ਕਰ ਸਕਦੇ ਹੋ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਫਿਰ ਧਾਰਮਿਕ ਗ੍ਰੰਥ ਚਾਹੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਕਿਸੇ ਨੂੰ ਹੱਕ ਨਹੀਂ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦਾ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਧਰਮ ਹਰ ਵਰਗ ਦੀ ਇੱਜ਼ਤ ਕਰੀਏ ਅਤੇ ਹਰ ਧਰਮ ਦਾ ਦਿਲੋਂ ਸਤਿਕਾਰ ਕਰੀਏ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਇਹਨਾਂ ਗੱਲਾਂ ਦਾ ਅੱਗੇ ਤੋਂ ਜ਼ਰੂਰ ਧਿਆਨ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।